सच के सारण की हालचाल, स्वागत है एक होर गल्लां बातां दे रोमांचिक प्रोग्राम दे विच। वाह सही आंदी पी आंदी पी आंदी पी। आओ चलिए अज आप गल करांगे जीवन प्रभ की। बड़ा टाइम हो गया जीवन प्रभ ते व्लॉग नहीं बनाए, प्रोग्राम नहीं बनाए ते इन्हां दे व्लॉग भी नहीं चले। सो आओ चलिए गल्लां बातां दा रोमांचिक प्रोग्राम शुरू करिए। चलिए कनाडा नूं, गर्मी बड़ी है ना इत्थे तां करके कनाडा वाले पास चलते हैं। पहला ब्लॉग आया, पहला नहीं मतलब बड़े चिर बाद ब्लॉग आया, सॉरी, इंडिया तो आया पार्सल। आओ की आया पार्सल दे विच चेक करिए, की पता तुहाडे हत्थे समान आया होवे। आओ चलिए गल्लां बातां दे रोमांचिक प्रोग्राम दे विच, बख्श दी नहीं किसे नूं। आओ शुरू करिए। शुरू कर ही लईए फिर। आदत है ब्लॉगरां नूं जिहड़े वी है, इन्हां नूं आए हुंदा पहलां सबसक्राइब ही करा लईए, की पता विचों छड के चल जाणा ना, तां करके इन्हां नूं आए हुंदा पहलां सबसक्राइब करा लईए, ओह नहीं करदे। स्वागत है ब्लॉग दे विच ਬਕਸ਼ਾ ਦੀ ਨੀ ਆ ਕਿਦਾਂ ਦਾ ਟ੍ਰੈਂਡ ਹੈ ਕਿ ਖੁਸ਼ੀ ਤੇ ਬਾਅਦ ਓਹ ਸੋ ਆਈ ਐਮ ਸੋ ਹੈਪੀ ਕਿਉਂਕਿ ਕੀ ਕਹਿੰਦੀ ਆਈ ਹੈਵ ਸੋ ਹੈਪੀ ਕਿ ਆਈ ਐਮ ਪਤਾ ਨਹੀਂ ਕੀ ਬੋਲੀ ਸੁਣਿਆ ਨਹੀਂ ਮੈਨੂੰ ਧਿਆਨ ਨਾਲ ਆਈ ਹੈਵ ਸੋ ਹੈਪੀ ਮੇਰਾ ਪਾਸਪੋਰਟ ਆ ਗਿਆ ਇੰਡੀਆ ਤੋਂ ਓਏ ਹੋਏ ਫਾਈਨਲੀ 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 ਖੁਸ਼ੀ ਤਾਂ ਐ ਮਨਾਈ ਜਾਂਦੀ ਹੈ ਜਿਵੇਂ ਚਾਰਜਰ ਕਢਾ ਲਈ ਹੁੰਦੀ ਹੈ ਪਾਰਸਲ ਹੀ ਤਾਂ ਆਇਆ ਇੰਡੀਆ ਤੋਂ ਲੀੜੇ ਲੱਤੇ ਹੋਣਗੇ ਹੋਰ ਕੀ ਹੋਊਗਾ ਜਾਂ ਖਾਣ ਪੀਣ ਨੂੰ ਸਮਾਨ ਹੋਊਗਾ ਇਸ ਤੋਂ ਬਾਅਦ ਹੋਰ ਤਾਂ ਕੁਛ ਹੋ ਨਹੀਂ ਸਕਦਾ ਜੀਵਨ ਤਾਂ ਆਣ ਰਿਹਾ ਵਿੱਚ ਉਹਦੇ ਪੈਕ ਹੋ ਗਏ ਚਲੋ ਜ਼ਿਆਦਾ ਵੇਟ ਕਰਨ ਤੋਂ ਬਾਅਦ ਫਸਟ ਪਾਰਸਲ ਫਰਮ ਇੰਡੀਆ ਹਾਈ ਐਂਜਲ ਸ਼ਰਮਾ ਬਣੀ ਜਾਂਦੀ ਹੈ ਫਸਟ ਫਰਮ ਇੰਡੀਆ ਹਾਈ ਪਤਾ ਨਹੀਂ ਤੁਸੀਂ ਬੈਗ ਦੇ ਨਾਲ ਹੀ ਚੱਕ ਲਿਆ ਕਰੋ ਸਮਾਨ ਜਿਹੜਾ ਲਿਆਉਣੇ ਹੋ ਸਮਾਨ ਪਾ ਕੇ ਪਿੰਨੀਆਂ ਤਾਂ ਨਹੀਂ ਆ ਗਈਆਂ ਇੰਨੀ ਖੁਸ਼ੀ ਯਾਰ ਕਮਾਲ ਹੋ ਗਈ ਯਾਰ ਇਹ ਤਾਂ ਜਮਾਂ ਹੀ ਵਿਹੜਾ ਹੀ ਇਹ ਰੋਊਗੀ ਵੀ ਹੁਣ ਮੇਰੇ ਹਿਸਾਬ ਨਾਲ ਜੇ ਸਭ ਦੀ ਖੁਸ਼ੀ ਮਨਾਈ ਜਾਂਦੀ ਲੈ ਹਾਏ ਖੋਲ ਕੇ ਦੇਖਾਂ ਕੀ ਹੈ ਇਹਦੇ ਵਿੱਚ ਹਾਏ ਰੱਬਾ ਨਸਾਂ ਐ ਚੜਾ ਜਿਵੇਂ ਦਵਾਈ ਬੁਰਜ ਖਲੀਫਾ ਤੇ ਭੱਜ ਕੇ ਆਈ ਹੁੰਦੀ ਆ 20 ਦਿਨ ਹੋ ਗਏ ਆ ਡਿਸਪੈਚ ਕਰਾਇਆ ਨੂੰ ਅੱਛਾ ਪਾਰਸਲ ਨਾ ਮੇਰਾ ਰਿਚਮੈਂਟ ਸੀਗਾ ਐਕਚੁਅਲੀ ਰਿਚਮੈਂਟ ਤੋਂ ਡਿਸਪੈਚ ਓ ਮਾਈ ਗਾਡ ਠੀਕ ਆ ਫਿਰ ਜੀਵਨ ਵੀ ਬੜਾ ਟਾਈਮ ਲਾਈ ਜਾਂਦਾ ਪਾਰਸਲ ਡਿਸਪੈਚ ਕਰਾਉਣ ਚ ਮੈਨੂੰ ਛੁੱਟੀ ਵੀ ਸੀਗੀ ਤਾਂ ਮੈਂ ਗਈ ਵੀ ਸੀ ਸਰੀ ਸੈਂਟਰਲ ਮਾਲ ਦੇ ਵਿੱਚ ਡੀਐਚਐਲ ਆਫਿਸ ਆ ਉਹਨਾਂ ਦਾ ਉਸ ਆਫਿਸ ਦੇ ਵਿੱਚ ਗਈ ਸੀ ਉੱਥੇ ਅੱਛਾ ਉੱਥੇ ਮਾਸ ਵੇਖ ਲੈ ਇਹਨਾਂ ਨੂੰ ਮਹੀਨਾ ਨਹੀਂ ਹੁੰਦਾ ਤੇ ਐ ਪਾਸ਼ਾ ਬਦਲ ਜਾਂਦੀ ਹੈ ਮੈਂ ਉਹ ਆਫਿਸ ਦੇ ਵਿੱਚ ਕਾਇ ਸੇ ਕਿ ਤਾਂ ਪਾਸਲ ਡੀਐਚਐਲ ਦਾ ਆਫਿਸ ਹੈਗਾ ਉੱਥੇ ਪਤਾ ਨਹੀਂ ਉਹਨਾਂ ਮਿਲਿਆ ਮੈਨੂੰ ਜੀਵਨ ਦਾ ਡਿਸਪੈਚ ਕਰਾ ਦਿੱਤਾ ਹੈ ਓਕੇ ਗਾਇਸ ਹਾਂਜੀ ਪੁੱਛਿਆ ਕਿ ਮੇਰਾ ਪਾਸਪੋਰਟ ਕਿਉਂ ਨਹੀਂ ਆ ਰਿਹਾ ਸੋ ਜਿਵੇਂ ਕਿ ਤੁਹਾਨੂੰ ਫੀਸ ਪੇ ਕਰਨੀ ਪੈਣੀ ਆ ਲਾਈਕ 1845 ਸਮਥਿੰਗ ਸੀਗੀ ਸੋ ਮੈਂ ਉਹ ਫੀਸ ਪੇ ਕਰਕੇ ਆਈ ਉੱਥੇ ਐਂਡ ਮੈਂ ਉਹਨੂੰ ਮੇਕ ਸ਼ੋਰ ਕੀਤਾ ਕਿ ਮੇਰਾ ਪਾਸਪੋਰਟ ਮੇਕ ਸ਼ੋਰ ਕੀਤਾ ਉਹ ਵਿੱਚ ਐਂਡ ਫਾਈਨਲੀ ਫਾਈਨਲੀ ਦੋ ਦਿਨਾਂ ਬਾਅਦ ਮੇਰਾ ਪਾਸਪੋਰਟ ਆ ਉਹ ਯਾਰ ਪਤਾ ਕੀ ਹੈ ਬੰਦ ਮੈਂ ਕਈ ਹੁਣ ਜਮਾਂ ਹੀ ਦੇਸੀ ਰਹਿੰਦੇ ਆ ਨਾ ਬਾਹਰ ਜਾ ਕੇ ਸੁਧਰਦੇ ਨਹੀਂ ਚੱਲ ਉਹਨਾਂ ਤੇ ਵੀ ਹੋ ਜਾਂਦੀ ਗੱਲ ਵੀ ਯਾਰ ਜਮਾਂ ਹੀ ਤੁਸੀਂ ਤਾਂ ਬੇੜਾ ਹੀ ਗਰਕ ਕੀਤਾ ਹੋਇਆ ਭਾਸ਼ਾ ਦਾ ਆਪਦੀ ਦਾ ਨਾ ਉਹ ਇਸ ਕਰਕੇ ਨਹੀਂ ਕਿ ਤੁਸੀਂ ਵਧੀਆ ਜ਼ਿਆਦਾ ਸਟਾਰ ਬਣ ਜਾਂਦੇ ਹੋ ਤਾਂ ਤੁਹਾਡਾ ਬੇੜਾ ਗਰਕ ਹੁੰਦਾ ਜਾਂ ਜਮਾਂ ਹੀ ਦੇਸੀ ਰੌਲਾ ਇਹ ਹੈ ਡਿਸਪੈਚ ਕੀਤਾ ਹੋਇਆ ਆ ਆਉਂਦਾ ਆ ਜਾਂਦਾ ਆ ਮਤਲਬ ਵਿੱਚੇ ਵਿੱਚ ਜਿਹੜੇ ਜਿਹੜੇ ਵਰਡ ਸਿੱਖੇ ਹੁੰਦੇ ਉਹ ਤਾਂ ਬੋਲ ਲੈਂਦੇ ਜਿਹੜੇ ਨਹੀਂ ਸਿੱਖੇ ਹੁੰਦੇ ਉਹ ਨਹੀਂ ਬੋਲਦੇ ਹਨਾ ਇੱਕ ਲੈਂਗੁਏਜ ਚੂਜ਼ ਕਰ ਲਓ ਨਾ ਵੰਡਣਾ ਤਾਂ ਕਿ ਹੋਰ ਡਿਸਪੈਚ ਓਕੇ ਜੀਵਨ ਵੀ ਰੋਜ਼ ਹੀ ਕਾਲ ਕਰਕੇ ਪੁੱਛਦੇ ਹੁੰਦੇ ਸੀ ਪਾ ਪਰਸ ਆਇਆ ਪਰਸ ਆਇਆ ਇੰਨੀ ਜ਼ਿਆਦੀ ਐਕਸਾਈਟਿਡ ਸੀਗੀ ਨਾ ਅੱਛਾ ਇਹਨਾਂ ਕੁਝ ਖਾਸ ਸਪੈਸ਼ਲ ਨਹੀਂ ਆ ਇਹਦੇ ਵਿੱਚ ਬਟ ਫਿਰ ਵੀ ਮੈਂ ਬਹੁਤ ਐਕਸਾਈਟਿਡ ਆ ਖੋਲਣ ਲਈ ਕੁਝ ਖਾਸ ਸਪੈਸ਼ਲ ਨਹੀਂ ਆ ਐਕਸਾਈਟਿਡ ਇਸ ਲਈ ਆ ਕਿਉਂਕਿ ਮੈਂ ਬੜੇ ਟਾਈਮ ਹੋ ਗਏ ਸੀ ਵਲੌਗ ਨਹੀਂ ਬਣਾਇਆ ਤੇ ਕੰਟੈਂਟ ਮਿਲ ਗਿਆ ਮੈਨੂੰ ਤਾਂ ਕਰਕੇ ਇਹਨੂੰ ਖੁਸ਼ੀ ਹੈ ਵੀ ਹਾਏ ਪਰਸਲ ਆਇਆ ਪਰਸਲ ਆਇਆ 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 ਸਿਰਈ ਹੈ ਯਾਰ ਇਹ ਵੀ ਨਾ ਬਸ ਅੱਛਾ ਕਿਹਾ ਸੀ ਕਿ ਕੁਝ ਪੁਰਾਣੇ ਕੱਪੜੇ ਆ ਜੇ ਤੈਨੂੰ ਪਤਾ ਹੀ ਨਹੀਂ ਇਹਦੇ 'ਚ ਕੀ ਹੈ ਤਾਂ ਤੂੰ ਪਾਰਸਲ ਕਰਾਇਆ ਕੀ ਹੈ ਹੈ ਨਾ ਜੀਵਨ ਨੇ ਆਪਦੇ ਲੀੜੇ ਤਾਂ ਨਹੀਂ ਭੇਜਤੇ ਕਿਤੇ ਉਹਦੇ ਪਿੱਛੋਂ ਲੱਗ ਗਿਆ ਹੋਵੇ ਕਿ ਨਹੀਂ ਜੀਵਨ ਨੇ ਆਪਦਾ ਕਿਤੇ ਭੇਜਤਾ ਹੋਵੇ ਮੈਂ ਉਹੀ ਭੇਜਿਆ ਜਿਹੜੇ ਮੇਰੇ ਇੰਡੀਆ ਰਹਿ ਗਏ ਸੀ ਸੂਟ ਨਹੀਂ ਸੀਗੇ ਮੇਰੇ ਕੋਲ ਮੈਂ ਸੂਟ ਨਹੀਂ ਆਏ ਤੁਹਾਨੂੰ ਸਾਰਿਆਂ ਨੂੰ ਪਤਾ ਵਿਆਹ ਦੇ ਵਿੱਚ ਮੈਂ ਉਹੀ ਸੂਟ ਪਾ ਕੇ ਗਈ ਸੀ ਪੁਰਾਣੇ ਵਾਲਾ ਤੇ ਮੈਂ ਕੀਤਾ ਤੇ ਸੂਟ ਪਾਇਆ ਸੀਗਾ ਤੇ ਹਾਂ ਇਸ ਕਰਕੇ ਮੈਂ ਬਹੁਤ 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 ਐਕਸਾਈਟਿਡ ਆ ਓਪਨ ਕਰਨ ਦੀ ਤੇ ਮੈਂ ਨਾ ਹੁਣੇ ਹਜੇ ਆਈ ਮੈਂ ਪੂਰਾ ਸਾਰਾ ਸਮਾਨ ਚੱਕਿਆ ਕਰ ਲਾ ਨਾ ਓਪਨ ਫਿਰ ਇੰਨੀ ਐਕਸਾਈਟਮੈਂਟ ਤਾਂ ਬੰਦੇ ਨੂੰ ਇੰਨੀ ਹੁੰਦੀ ਹੈ ਬੰਦਾ ਕਹਿੰਦਾ ਮਿੰਟੋ ਮਿੰਟ ਕੋਈ ਵੀ ਕੰਮ ਹੋ ਜਾਏ ਜਿਹੜਾ ਐਕਸਾਈਟਮੈਂਟ ਜਿਹੇ ਕੰਮ ਤੂੰ ਵਲੌਗਾਂ ਦਾ ਦੱਬ ਕੱਢੀ ਜਾਂਦੀ ਆ
एक्साइटमेंट इतनी है ना, गाइस 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 पार्सल आ गया, पार्सल आ गया। ऊपर स्टेयर्स चढ़ के आ रही सी, हाफ तो ज्यादा स्टेयर्स चढ़ लिया। देन दी अच्छा से अपना तो पार्सल आ गया, तो मेरा बॉक्स नहीं देखे, मैं झाल मार के नारी पीछे इतनी सामान चक के मैं पार्सल पहला पौड़ियां चढ़ के ऊपर लेके आई। स्पाइडरमैन ही बन गई है ना फिर, तो स्टेयर्स ओदियां चढ़िया, दीदी ने दसिया, फिर मैं छाल मार के फिर भज डब्बा। की है यार ये व्लॉग लंबा खिंचन के तरीके है, थले स्टेयर चढ़ असी पुछे किनिया पौड़ियां चढ़ी सच पता लग गया। ऊपर जाके खोलना रूम जो मैं तेरे बाद में दिखावांगी इधर विच की है। अच्छा सो इस करके ओपनिंग करते हैं। चल ये भी वैसे दिमागी खेड़ है ना, ओहो नक ना लगी हंदा। दिमागी खेड़ यह है कि मान लो अपने कोई पार्सल आया, किसी फ्रेंड ने खोलना भी हो तो उन्होंने आए आखते बई तू तो व्लॉगा चाहती है ना, मैं तो व्लॉग बना फिर परे चल जा, मैंने खोल लैन दे पहला। एह जहा की पर्सनल समान आ गया जो इमोशनल यार, ओए हो नाले खुशी होई जाती है नाले इमोशन। आई गॉट सा इमोशनल यार, की है एदे च हैगा कुछ के नहीं हैगा, कि प्रैंक ना लिखा हो कितने। काश मेरा जीवन भी एदे का हो गया चलता, जीवन एडा छोटा जरा पैक होके आजगा वैसे। हाजूगा बोटी बोटी काट के पैक हो जाएगा, कोई दिक्कत नहीं है। जीवन पैक होके आ जाता ये तो बन नहीं। एंजल तो याद करना हट गई, दो महीने हुए फिर हूँ हट गई, तेन हजे हने हने चाह बाद तू भी छड यार उत्थी ठीक है रुके जी। चलो मिलते हैं तुम कितने मिलना, एक तो मिलते हैं बहुत है यार, ये बहुत ज्यादा मिलते हैं। चलो मिलते हैं, चलो चलते हैं, चलो आ जाओ उत्थे मिलते हैं, हम थोड़ा उत्थे पहुँच के मिलते हैं। इन्ने सबसक्राइबर एक तो इन्नी फैन फॉलोइंग है, इन्होंने थां थी मिलती रही है। कैमरा सैट वेक किया तू, चलो खुश हो जाओ, पार्सल खोलन लग गया। नौ एडे एडे लवाने, नौ नाल पाड़ दो टेपा बेचारा, चलो बेचारा ही है, कट था बेचारा अलवर्ड। इनी गंदी अनबॉक्सिंग लो, रब्बा रौला तो बाला पाया, वेखते हैं बिचों कड़ा ट्रैक्टर निकलता इनू। सही गल कोला कट ही ला दे व्लॉग च, इन्ना लंबा करी नहीं दस ल सारा ही पा देंगे उमें व्लॉग, इन्होंने टाइम नहीं मिलना एडिटिंग का। ल चल कुड़ियों नू चाह हुंदा कपड़े का, ठीक है मान लिया, चल इन्नी खुशी तो तेरी जहर है। सहड़ा कमरा जिथे इन्नी आवाज गूंज दी दूर कट ला देना सी बिच व्लॉग दे यार, एक तो एडिटिंग एडिटर बहान वाले रील आने दे स्पेशल। हाय रब्बा मेरे आ एवं खुश हो जाती, दोबारा ब्याह करना लहंगा ओ जीवन नाल इत्थे आके फिर दोबारा ब्याह करा लहंगा लहंगा कद भेजी जाना मामा ओ ये कितों चोबा कर लेंदी होनी है, पार्सल खोल के थक गई ले। कैमरा वेलो कैसे सेटअप किया, कोई वेखदा नहीं पिया अल चल कोई गल नहीं। अच्छा आ स्कर्ट सी, मैंने लगा अखबार पाए उन्हें कपड़ा पा देने अखबार पा देने ने, आप कोई चीज खराब ना हो जाओ की हूं बबल रैप पा देने, मैं लगे तो अखबार पाए सुखा कपड़ा पाता भी खराब ना हो समान, ये भी लहंगा। चल ज्यादा पसंद है जीवन ना मिले नहीं होना जिन्ना इन मिले हो प्यार नहीं साडे पता नहीं बख्श यार की है यार रो रोपी पता
शर्ट लाइक टॉप्स बहुत पसंद रहे। अच्छा ये ओ पेंट तेरी एक जीवन दी है, जीवन ने आपदी तो नहीं भेजती कितने? ये सारी शॉपिंग जीवन ने की थी, मैंने बगैर पूछे मैं साइज चेक कराऊं पता की है जीन का 34 खुला। चल कोई ना आ जाऊंगा, देख दूं बाकी गल तो गल तक आके 34 जीवन ने आपदी पेंट भेजती होनी मेरे लगता। अच्छा इसको बाय करो जी, पेंट वाइट पेंट चाहिए थी बर्फ तो झूठे लेने होंगे चिट्टी पेंट पा के एक्साइटमेंट तो इन्नी सी ते नैरो अच्छा कोई चीज है जड़ी पसंद नहीं सी? नहीं तो फिट्टी ओहो हो नाइस टाइम सारे पॉप अप ओ पॉप अप कलर्स ओह माय गॉड पॉप अप कलर्स बख्शे दी वाली किसे ओए होए 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 कितना प्यारा कलर है, मेनू ऐ लगता बोरे वाला माल सारा वट वट पै गए होने कपड़िया के किसी का पॉप अप कलर्स केड़े हो गए मैं समझ ही नहीं आई ये पॉप अप कलर्स माल तो बोरे वाला लगी जाता वैसे चल ब्रांडेड आ भरावा बंदे सारे रील वाले असी देसी बंदे असी तो उदा ही सार लीदा। अच्छा वाओ वेरी नाइस बेबी पिंक आई लव इट बड़ा, मैं पता नहीं की सप निकलिया विच ओदे इन्ना खुश हुई दस हां की आ ओ ओके यूनिवर्सल प्लग जेड़ा कि मैं ऑलरेडी मंगा चुकी एडा की इतो प्लग नहीं मिलता सी कुरियर कराया स्पेशल यार कमाल दी गल है वैसे ये की है यार चाह तो इन्ना चढ़िया सीगा जिन्ना ही जिन्ना टी शर्ट आई हैं दस मेरे को सूट नहीं मिलने को सारा ना बैग भरया होगा सूटों का कोई करेब का कोई कड़ा कड़ा आ सूट सूट दो चार सूट सीगे बस ब्लॉग बनाना सी ना रोला तो पाना ही फिर कुड़ियों आया होगा हाए सूट आए तो वेखी कि सूट लैके आई है इंडिया तो कि आए पार्सल च निकलिया जीना के टी शर्टा बस हम हो गया ब्लॉग लंबा एक तो यार कट नहीं लाते ये समझ नहीं आती की हिसाब है। अच्छा लहंगा ज्यादा लंबा नहीं कुछ ये पता नहीं किवें काम कर लेंगे होने। अच्छा ये चक्की आए जानी है कि सेट ही होने आए डब्बे च अच्छा चलो कोई ना एंजल दे मुंडे दा आऊगा इतने सारे कपड़े बस थैंक यू सो मच जीवन एक ना ए चल हुण तां इहने समान कढ लिया ब्लॉग वेख ला अनबॉक्सिंग ब्लॉग हो गया टैक्निकल गुरु जी ये बनी हुई है साडे वर्गे साहब ने मत्था मार के ब्लॉग बनावे तां वी ए बस आई है एक चीज़ वेखी मैं हुण इहने ब्लॉग बना लिया है ना मान लो 1% चल इहदे माड़ी जी छिल्ली हुई ठीक है एक ने इंस्टाग्राम से रील पाई उदो भी अनबॉक्सिंग करी जाती उद मैं रील विखा आ साइड तेख लियो ना इधर वेख लो सच इधर कंध है इधर वेख लियो रील विखा उद भी अनबॉक्सिंग करी जाती है तो भी रोई जाती है एक होंगे ना हंझू होने अंदरों ही मतलब फीलिंग होनी है ना पहले इन्हें ब्लॉग पा लिया सारा फिर इन्हें कपड़े च चीज़ कढ़ी होनी है बैग च समान है ना कोई भी फिर दोबारा फिर रोई जाती है विखा थोनू मैं रील वेख लियो दस की करे बंदा दस हूँ दोबारा कपड़े बच्चे पा के कुछ ए तो आए ना कि हूँ मैं टेढ़े लोट भी फोन रख लिया एक सीधे लोट रख लिया दोनों एक काम कर रहे से नहीं इतने तो रोना आया नहीं रील च आ गया फीलिंग भी ना इमोशनली डैमेज कर देंगे रीलों वाले बच्चों। अच्छा धन्यवाद तो करी स्पीडर कोड वाले ने भेजा होंगे प्यारा जहा पार्सल चलो। अच्छा चलो लड़ाई भी छेती हो जाती है कि नहीं भेजी।
ਉਹ ਚੀਜ਼ ਸੀਗੀ। ਲਵ ਯੂ ਟੂ ਕਿੱਥੇ ਕਹੂਗਾ ਹੁਣ ਵਿਚਾਰਾ, ਉਹ ਤਾਂ ਵਲੌਗ ਪਾਉਂਦਾ ਨਹੀਂ। ਚੱਲ ਸਬਸਕ੍ਰਾਈਬਰ ਰਿਪਲਾਈ ਕਰ ਦੇਣਗੇ। ਚਲੋ ਇੱਕ ਤਾਂ ਇਹਨਾਂ ਦੇ ਸਮਝ ਨਹੀਂ ਆਉਂਦੀ, ਪਿਆਰ ਵੀ ਇੱਦਾਂ ਦੇ ਸਾਲੇ ਸੋਸ਼ਲ ਮੀਡੀਆ ਜੋਗੇ ਹੀ ਰਹਿ ਗਏ ਅੱਜ ਕੱਲ੍ਹ। ਜੇ ਸੋਸ਼ਲ ਮੀਡੀਆ 'ਤੇ ਸਰਪ੍ਰਾਈਜ਼ ਨਾ ਕਰੋ, ਜੇ ਪਿਆਰ ਨਾ ਕਰੋ ਤਾਂ ਕੰਮ ਔਖਾ ਹੀ ਆ। ਚਲੋ ਮੈਂ ਹਾਂ, ਪਤਾ ਨਹੀਂ ਕਿੱਡੀ ਤਕੜੀ ਚੀਜ਼ ਹੋ ਗਈ ਚੁੱਲ੍ਹੇ ਦੀ ਮਿੱਟੀ, ਕਿੱਥੇ ਮੂੰਹ ਤੇ ਲਾਣੀ ਸੀ ਕਿ ਹੋਣਾ ਕੋਈ ਸਿਸਟਮ ਇਹਨਾਂ ਦਾ ਸੈੱਟ, ਫਿਰ ਜੀਵਨ ਆਉਂਦਾ ਲੈ ਆਵੇਗਾ। ਅੱਛਾ ਕਿੱਥੇ ਮਿਲਦੇ ਆ ਲਾਇਆ ਕੱਪੜਿਆਂ ਦਾ ਕਿੰਨਾ ਸਾਰਾ ਸਮਾਨ ਚੱਕ ਕੇ ਐਜ਼ ਇਟ ਇਜ਼ ਮੈਂ ਕਵਰਡ ਦੇ ਵਿੱਚ ਰੱਖ ਦਿੱਤਾ ਫਿਲਹਾਲ, ਮੈਂ ਕਿਹਾ ਇੱਥੇ ਪਿਆ ਰਹਿਣ ਦੋ ਹੁਣ ਤੇ ਹੁਣ ਮੈਂ ਸਵੇਰੇ ਸੰਪਾਂਗੀ, ਰਾਤ ਕਾਫੀ ਹੋ ਗਈ ਸੰਪਾਂਗੀ, ਟਾਈਮ ਹੋ ਗਿਆ ਆਲਮੋਸਟ 12। ਓਏ ਹੋਏ ਹੋਏ ਹੋਏ, ਕਮਾਲ ਦੀ ਗੱਲ ਹੈ ਨਾ। ਵੈਸੇ 11:30 ਵਲੌਗ ਸ਼ੁਰੂ ਕੀਤਾ, 11:30 ਵੀ ਨਹੀਂ, ਬਸ 12:15 ਸ਼ੁਰੂ ਕੀਤਾ, 12 ਮਿੰਟ ਦਾ ਵਲੌਗ ਬਣ ਗਿਆ ਜੀ। ਕਿਆ ਦਿਨ ਹੈ ਯਾਰ, ਫਿਰ ਵੀ ਵਿਊ ਆ ਜਾਂਦੇ ਆ। ਅੱਛਾ ਕਿਨ ਕਿਨ ਸਕਰਟ ਸਾਈਡ ਤੇ ਪਈ ਹੈ, ਮੈਨੂੰ ਤਾਂ ਸਮਝ ਨਹੀਂ ਆਉਂਦੀ ਇੰਨਾ ਬੜਾ ਸਮਾਨ ਇਹ ਵਿੱਚ ਰੱਖ ਕਿੱਦਾਂ ਲੈਂਦੇ ਆ। ਮੈਨੂੰ ਇਚਕੀ ਲੱਗੀ ਪਈ ਹੈ। ਅੱਛਾ ਜੀਵਨ ਨੂੰ ਕਾ ਪਾਣੀ ਪਿਆ ਦੂ, ਮੈਂ ਬੜਾ ਸਮਾਨ ਵੀ ਲੈ ਕੇ ਆਈ ਸੀ। ਅੱਛਾ ਮੈਂ ਫੈਨ ਲਾਇਆ ਹੋਇਆ, ਲੈ ਠੰਡ ਆ, ਪਰ ਫਿਰ ਮੈਂ ਸਮਾਨ ਲੈ ਕੇ ਆਈ ਸੀ, ਮੈਂ ਫੈਨ ਲਾਇਆ ਹੋਇਆ। ਉਹ ਯਾਰ ਰੌਲਾ ਵੈਸੇ ਜ਼ਿਆਦਾ ਹੀ ਨਹੀਂ ਸੀਗਾ, ਇੰਡੀਆ ਤੋਂ ਆਇਆ ਪਾਰਸਲ, ਏਂਜਲ ਨੇ ਵੀ ਐਂ ਪਾਈ ਸੀ ਉਹਨੇ ਵੀਡੀਓ ਐਵੇਂ ਦੇ ਥੰਬਨੇਲ ਲਾ ਕੇ। ਮੈਂ ਆਹ ਪਤਾ ਨਹੀਂ ਕੀ ਆਇਆ ਹੋਣਾ ਪਾਰਸਲ 'ਚ, ਕਦ ਹੋਣੀਆਂ ਪੁਰਾਣੀਆਂ ਯਾਦਾਂ ਵੀ ਬੰਦਾ ਤਾਂ ਯਾਦ ਕਰੇ ਨਾ ਜਿਹੜੀ ਚੀਜ਼ ਦਾ ਮੇਲ ਹੀ ਨਹੀਂ ਹੋ ਸਕਦਾ। ਜੀਵਨ ਦਾ ਤੇਰਾ ਆ ਜਾਏਗਾ ਨਾ ਇੱਥੇ, ਚੱਲ ਠੀਕ ਆ, ਜਿਹੜਾ ਮਿੱਟੀ ਨਾਲ ਯਾਰ ਯਾਦ ਆ ਜਾਂਦੀ ਹੈ। ਪਰ ਸੂਟ ਆਏ, ਸੂਟ ਆਏ ਨਿਕਲੇ ਵਿੱਚੋਂ ਜੀਨਾਂ ਦੇ ਬੋਰੇ ਲੇਡੀ ਸ਼ਲਟਾਂ। ਚੱਲ ਪਾਣੀ ਕੋਈ ਗੱਲ ਨਹੀਂ, ਪੀ ਲਾ ਠੀਕ ਆ। ਰਾਤ ਨੂੰ 12 ਵਜੇ ਸੀਗੇ ਜਦੋਂ ਤੂੰ ਇੱਥੇ ਆਖਿਆ ਨਾ, 4-5 ਮਿੰਟ ਬੋਲ ਪੀ ਵੀ ਆਹ ਵਲੌਗ ਬਾਰੇ ਹੈ ਨਾ, 12:05 ਹੋ ਗਏ, 12:27 ਤੇ ਤੂੰ ਲੈਪਟੋਪ, ਕਿਹੜਾ ਟਰਕੀ ਸੀਜ਼ਨ ਆ ਜਿਹੜਾ 20 ਮਿੰਟਾਂ 'ਚ ਹੀ ਖਤਮ ਹੋ ਜਾਂਦਾ ਹੈ। ਤਰੀਕੇ ਆ ਵਲੌਗ ਬਣਾ ਦੱਸੀ ਜਾਂਦੀ ਨਾ, ਮੇਰਾ ਲੈਪਟੋਪ ਟੱਚ ਵਾਲਾ ਹੈ। ਉਹ ਯਾਰ ਕਿੱਦਾਂ ਦੇ ਨੇ ਯਾਰ, ਇੱਕ ਨਾ ਇੱਕ ਦੁਕਾਨ ਬਣਾਉਣੀ ਚਾਹੀਦੀ, ਉਹਦੇ 'ਚ ਨਾ ਸਪੈਸ਼ਲ ਪ੍ਰਾਈਜ਼ ਲਾਂਚ ਕਰਨੇ ਚਾਹੀਦੇ, ਜੇ ਸਿਰਫ ਰੀਲਾਂ ਵਾਲੇ ਨੂੰ ਵੰਡੇ ਜਾਣੇ, ਜਾਂ ਕੁੰਡੇ ਵਾਲੇ ਕੱਪ ਲਾਂਚ ਕਰ ਲਓ, ਵੱਡਾ ਕੁੰਡਾ ਲੱਗਿਆ ਹੋਵੇ ਕੱਪ ਛੋਟਾ ਹੋਵੇ ਬੰਦੇ ਬਣ ਕੇ। ਅੱਛਾ ਉਸ 4 ਵਾਰੀ ਕਹਿ ਤਾ ਸਾਂਭਾਂਗੇ। ਬੜੇ ਲੋਕ ਨੇ ਵੈਸੇ ਰੀਲਾਂ 'ਤੇ ਜਾਂ ਸਨੈਪਚੈਟ 'ਤੇ ਕਿਤੇ ਵੀ, ਲੋਕ ਬਹੁਤ ਹੈ ਰੀਲਾਂ ਵਾਲੇ, ਕੋਈ ਚੀਜ਼ ਦੀ ਮਤਲਬ ਕਿ ਉੱਥੇ ਸ਼ੋਪਿੰਗ ਕਰਨ ਗਏ ਆ, ਉਹ ਸ਼ੋਪਿੰਗ ਵਾਲਾ ਮਾਲ ਹੁੰਦਾ ਜਿਹੜਾ ਮਾਰਟ ਹੁੰਦਾ, ਮਾਰਟ ਸਟੋਰ ਕਹਿ ਦਿੰਦੇ ਆ ਨਾ, ਜਿਹੜਾ ਬਾਹਰ ਪਤਾ ਨਹੀਂ ਕੀ ਕਹਿੰਦੇ, ਵਾਲਮਾਰਟ ਸੱਚ, ਹਾਂ ਸਟੋਰੀ ਪਾਤੀ ਜਾਂ ਕੋਈ ਟੁੱਕ ਕੁਛ ਵੀ ਪਾਤਾ, ਇਹ ਕੋਈ ਚੀਜ਼ ਲਿਆਉਣਗੇ ਨਾ, ਇਕੱਲੀ ਇਕੱਲੀ ਚੀਜ਼ ਦੀ ਸਟੋਰੀਆਂ ਪਾਉਣਗੀਆਂ, ਕਰੀਮਾਂ ਹੋ ਗਈਆਂ, ਸਾਬਣਾਂ ਹੋ ਗਈਆਂ, ਲੱਲਾ ਭੱਬਾ ਜੋ ਵੀ ਲਾਉਣ ਵਾਲਾ ਪਿੰਡੇ 'ਤੇ। ਪਤਾ ਨਹੀਂ ਯਾਰ ਕਿੱਦਾਂ ਦੀ ਜ਼ਿੰਦਗੀ ਹੈ, ਕੋਈ ਕੰਪਨੀ ਪੈਸੇ ਦਿੰਦੀ ਹੈ ਤੁਹਾਨੂੰ ਫੋਟੋਆਂ ਸ਼ੇਅਰ ਕਰਨ ਦੇ, ਇੱਕ ਗੋਲੀਆਂ ਦੀ ਫੋਟੋ ਪਾ ਦਿਆ ਕਰੋ ਵੀ ਅੱਜ ਸਿਰ ਦੁਖਦਾ, ਟੱਟੀਆਂ ਲੱਗੀਆਂ, ਟੱਟੀਆਂ ਵਾਲੀ ਗੋਲੀ, ਪਤਾ ਨਹੀਂ ਕੀ, ਕੁੱਕੀ ਬਹੁਤ ਪਸੰਦ ਆ, ਐਂ ਨਹੀਂ ਸਪੋਂਸਰ ਕਰਦਾ ਕੋਈ ਤੈਨੂੰ ਕੁੱਕੀ ਵਾਲੇ, ਲੋਕਾਂ ਨੂੰ ਕੰਮ ਨਹੀਂ ਮਿਲਦਾ, ਰੈੱਡ ਬੁੱਲਾਂ ਦੇ ਵੱਡੇ ਚੜ੍ਹੀ ਜਾਂਦੇ। ਚਲੋ ਸੋਰੀ ਸੋਰੀ ਕੀ ਸੋਰੀ ਓਕੇ ਸੋਰੀ 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 ਦੇ ਲੇਟ ਨਾਈਟ ਜਾਗਣ ਨੂੰ ਤੁਹਾਡੇ ਕਿਹੜਾ ਸਪੀਡ ਰਿਕਾਰਡਰ ਟਾਈਅਪ ਚੱਲੀ ਜਾਂਦੇ ਵੀ ਜਾਂ ਜੀ ਰਾਤ ਨੂੰ ਗਾਣੇ ਅਪਲੋਡ ਕਰਨੇ ਆ ਜੀ, ਤੁਰਕੀ ਸੀਰੀਅਲ ਵੇਖਣੇ ਅਤੇ ਰੈੱਡ ਬੁੱਲ ਪੀਣੀ ਹੈ, ਲੇਟ ਨਾਈਟ ਜਾਗਣਾ। ਲੋਕਾਂ ਵੈਸੇ ਜਿਹੜੀ ਡਰਿੰਕ ਖਾਂਦੇ ਆ, ਡਰਿੰਕ ਤੁਹਾਡਾ ਕਰਦੇ ਖੁਸ਼ ਨਹੀਂ, ਸਿਰਫ ਆਦਤਾਂ ਹੀ ਨਹੀਂ ਕਿ ਰਾਤ ਨੂੰ ਜਾਗਣ ਲਈ ਡਰਿੰਕਾਂ ਪੀ ਲਓ, ਰੈੱਡ ਬੁੱਲ ਕੋਈ ਕੰਮ ਨਹੀਂ ਕਰਦੀ ਇਹੋ ਜਿਹਾ, ਨਾ ਹੀ ਰੈੱਡ ਬੁੱਲ ਨੇ ਕਿਤੇ ਕਿਹਾ ਮੈਂ ਇਹੋ ਜਿਹਾ ਕੰਮ ਕਰੂੰ, ਨੀਂਦ ਭਗਾਏ, ਕੌਫੀ ਪੀ ਲਓ ਨੀਂਦ ਨਹੀਂ ਆਉਂਦੀ, ਚਾਹ ਪੀ ਲਓ ਨੀਂਦ ਨਹੀਂ ਆਉਂਦੀ, ਪੁੱਠਾ ਹੀ ਕੰਮ 'ਚ। ਅੱਛਾ ਉਹ ਸ਼ਿਫਟ ਨੂੰ ਟਰਾਲਾ ਚਲਾਉਣਾ ਹੁੰਦਾ, ਪਾਰਸਲ ਖੋਲਦੇ ਤਾਂ ਥੱਕ ਗਈ,
ਪਤਾ ਨਹੀਂ ਸ਼ਿਫਟ ਕਿਵੇਂ ਲਾ ਲੈਂਦੀ। ਅੱਛਾ ਸੋ ਮੈਨੂੰ ਪ੍ਰੋਪਰਲੀ ਅਜੇ ਪਤਾ ਨਹੀਂ ਹੈਗਾ ਕਿ ਮੇਰੇ ਪਾਰਸਲ ਦਾ ਕਿੰਨਾ ਵੇਟ ਸੀਗਾ, ਕੀ ਉਹਦੇ ਵਿੱਚ ਸੀਗਾ, ਲਾਈਕ ਕਿੰਨਾ। ਦੇਖ ਲਓ, ਵੈਸੇ ਇੱਕ ਨੇ ਪਾਰਸਲ ਖੋਲਿਆ, ਇੱਕ ਪਾਰਸਲ ਖੋਲੇ, ਸਮਾਨ ਰੱਖਿਆ ਉੱਥੇ ਬਸ, ਤੇ ਵਲੌਗ ਬਣ ਗਿਆ। ਇੱਥੇ ਸੋਚੀਦਾ ਕਿੱਥੇ ਘੁੰਮਣ ਜਾਈਏ, ਵਲੌਗ ਬਣੂਗਾ, ਕਮਾਲ ਦੀ ਗੱਲ ਹੈ। ਵੈਸੇ ਵਲੌਗ ਵੀ ਆਉਣਗੇ, ਸ਼ਾਇਦ ਆਉਣ ਪਰ ਪੱਕਾ ਫਾਈਨਲ ਨਹੀਂ। ਕਿੰਨਾ ਕਿੰਨੇ ਪੈਸੇ ਲੱਗੇ, ਸੋ ਉਹ ਸਭ ਕੁਝ ਨੈਕਸਟ ਵਲੌਗ ਵਿੱਚ ਤੁਹਾਨੂੰ ਇਨਫੋਰਮੇਸ਼ਨ ਦੇ ਦਵਾਂਗੇ ਕਿ ਕਿੰਨੇ ਵੇਟ ਤੇ ਕਿੰਨੇ ਚਾਰਜਸ ਪੈਂਦੇ ਆ। ਅੱਛਾ ਚਲੋ, ਕੁਛ ਤਾਂ ਇਨਫੋਰਮੇਸ਼ਨ ਦਊਗੀ ਅਗਲੇ ਵਲੌਗ 'ਚ। ਸਿਰਫ ਇਨਫੋਰਮੇਸ਼ਨ ਵਲੌਗ ਬਣੂਗਾ ਪਾਰਸਲ ਦਾ, ਇਸ ਵਲੌਗ 'ਚ ਇਨਫੋਰਮੇਸ਼ਨ ਨਹੀਂ ਆਉਂਦੀ ਸੀ ਕਿ ਤੈਨੂੰ ਪਤਾ ਨਹੀਂ ਸੀ, ਜੀਵਨ ਨੂੰ ਪੁੱਛ ਕੇ ਦੱਸੇਂਗੀ ਵੀ ਕਿੰਨੇ ਪੈਸੇ ਲੱਗੇ ਸੀ। ਯਾਰ ਵਲੌਗ ਦੀ ਐਂਡਿੰਗ ਹੋ ਗਈ, ਕਮਾਲ ਦੀ ਗੱਲ ਹੈ। ਵੈਸੇ ਵਾਟ ਏ ਵਲੌਗ ਦੀਦੀ, ਨਾਈਸ। ਏਂਜਲ ਦਾ ਪਾਰਸਲ ਆਇਆ, ਉਹਨੇ ਵੀ ਖੋਲ੍ਹਿਆ, ਉਹ ਵੀ ਰੋ ਪਈ, ਉਹਨੂੰ ਵੀ ਟੈਡੀ ਕੱਦੂ ਜੇ ਆਏ ਸੀਗੇ, ਇਹਨੂੰ ਵੀ ਇੱਕ ਟੈਡੂ ਆਇਆ, ਕਮਾਲ ਦੀ ਗੱਲ। ਉਹਦੇ ਤਾਂ ਟੁੰਨਾ ਹੀ ਵਿੱਚੇ ਆ ਗਿਆ ਸੀ, ਟੁੰਨਾ ਬਣ ਕੇ। ਤੇਰਾ ਜੀਵਨ ਜੀਵਨ ਨਹੀਂ ਬਣ ਕੇ ਆਇਆ, ਕਾਸ਼ ਜੀਵਨ ਪੈਕ ਹੋ ਕੇ ਆ ਜਾਂਦਾ, ਜੇ ਜੀਵਨ ਇਹਦੇ 'ਚ ਪੈਕ ਹੋ ਜਾਂਦਾ ਟੇਪ ਕੌਣ ਪਲੇਟ ਦਾ ਉੱਤੇ ਫਿਰ। ਸੋ ਗਾਇਸ ਆਖੇ ਬਾਏ, ਸੋਰੀ ਗਾਇਸ, ਸਬਸਕ੍ਰਾਈਬ ਕਰ ਦਿਓ ਗਾਇਸ, ਅਤੇ ਜਿੱਦਾਂ ਕਿੱਦਾਂ ਕਿ ਵਧੀਆ ਲੱਗਿਆ ਤਾਂ ਸਬਸਕ੍ਰਾਈਬ ਕਰ ਦਿਓ, ਜੇ ਨਹੀਂ ਵਧੀਆ ਲੱਗਿਆ ਤਾਂ ਵੀ ਸਬਸਕ੍ਰਾਈਬ ਕਰ ਦਿਓ। ਸਬਸਕ੍ਰਾਈਬ ਕਰਕੇ ਜਾਇਆ ਕਰੋ ਯਾਰ, ਚੈਨਲ ਸਬਸਕ੍ਰਾਈਬ ਕਰਦੇ ਨਹੀਂ ਨਾ ਸਬਸਕ੍ਰਾਈਬ, ਤੁਸੀਂ ਸਬਸਕ੍ਰਾਈਬਰਾਂ ਵਾਲਾ ਕੰਮ ਖਿੱਚੋ, ਅਤੇ ਲਾਈਕ ਅਤੇ ਕਮੈਂਟ ਵੀ ਕਰਿਓ ਯਾਰ, ਦੱਸਿਓ ਕਿੱਦਾਂ ਲੱਗਿਆ ਅੱਜ ਦਾ ਰੋਮਾਂਚਿਕ ਪ੍ਰੋਗਰਾਮ। ਸੋ ਓਕੇ ਜੀ ਬਾਬੇ, ਮਿਲਦੇ ਹਾਂ ਫਿਰ ਅਗਲੇ ਗੱਲਾਂ ਬਾਤਾਂ ਦੇ ਰੋਮਾਂਚਿਕ ਪ੍ਰੋਗਰਾਮ ਦੇ ਵਿੱਚ। ਕੁੱਕੀਜ਼ ਆ ਗਏ ਆ, ਓਕੇ ਮੇਰੀ ਫੇਵਰੇਟ ਕੁੱਕੀ ਆ ਵਾਲੀ, ਜਿਹੜੀ ਉੱਥੇ ਪੱਟ ਵਾਲੀ ਕੁੱਕੀ ਨਹੀਂ ਹੁੰਦੀ, ਹਾਂ ਬਾਏ। ਪਾਰਸਲ ਆਇਆ, ਕੁੜੀਆਂ ਤਾਂ ਇਸ ਮੂਹ ਨੂੰ ਗਈਆਂ ਹੋਣੀਆਂ ਵਲੌਗ ਵੇਖਣ, ਹਾਏ ਸੂਟ ਆਏ, ਹੁਣ ਕੁੜੀਆਂ ਨੂੰ ਹੁੰਦਾ ਚਾਹ ਸੂਟਾਂ ਦਾ, ਚੱਲ ਭੱਜੀਆਂ ਭੱਜੀ, ਹਾਏ ਦੀਦੀ ਦਾ ਵਲੌਗ ਆ ਗਿਆ, ਸੂਟ ਵੇਖੀ ਸੂਟ ਵੇਖੀ। ਇੱਕ ਅਖਬਾਰ ਜਿਹਾ ਪਾਇਆ ਜੀਨਾਂ ਦੇ ਉੱਤੇ, ਸਮਝਦੇ ਟੁੱਟਣ ਵਾਲੀ ਚੀਜ਼ ਆ ਗਈ ਸੀ ਜਿਹੜਾ ਅਖਬਾਰ ਬਲੇਟਿਆ ਹੋਇਆ ਸੀਗਾ ਸਕਰਟ ਦੇ ਨਾਮ 'ਤੇ। ਸੋ ਸਬਸਕ੍ਰਾਈਬ ਕਰ ਦਿਓ ਯਾਰ ਚੈਨਲ ਨੂੰ, ਬਾਏ, ਬਖਸ਼ਦੀ ਨਹੀਂ ਕਿਸੇ ਨੂੰ।